ਚੱਜ ਦਾ ਰੱਖ, ਚੰਗੀ ਤਰ੍ਹਾਂ ਜਗ੍ਹਾ ਰੱਖਿਆ ਕਰੋ ਸਾਫ ਕਰਨ ਵਾਲੇ। ਅੱਜ ਦਾ ਹੀ ਆ ਜੀ, ਅੱਜ ਕਿੰਨੀ ਵਾਰੀ? ਕੋਈ 8 10 ਵਾਰੀ, 5 3 ਟਾਈਮ ਵਾਰ ਵਾਰ ਮੀਡੀਆ ਚ ਵੀ ਕਹਿੰਦੇ 3 ਟਾਈਮ ਤੋਂ ਬਿਆਦ ਨਹੀਂ ਫਰਾਈ ਕਰਨਾ ਉੱਚ ਕੁਛ ਵੀ। ਠੀਕ ਹੈ ਜੀ, ਨਹੀਂ ਯੂਜ਼ ਹੋਣਾ। ਠੀਕ ਹੈ ਜੀ, ਜੇ ਤੁਹਾਨੂੰ ਕਹਿ ਦਈਏ ਜ਼ਹਿਰ ਬੱਚਿਆਂ ਲਈ ਆ ਤਾਂ ਕਹ ਦੋਗੇ? ਨਹੀਂ ਆ ਤੁਸੀਂ ਕਹਿਤਾ ਆਪਾਂ 3 ਵਾਰ। ਠੀਕ ਹੈ ਜੀ, ਇੱਕ ਵਾਰੀ ਤਲ ਲਿਆ, ਹਾਂਜੀ ਦੂਜੀ ਵਾਰੀ ਤਲ ਲਿਆ, ਤੀਜੀ ਵਾਰੀ ਫਿਰ ਦੀ ਬਾਤ ਨਹੀਂ। ਲੋਕ ਕਰਦਾ ਕਦਾ ਕੰਮ ਕਰਦਾ ਤਾਂ ਦਿਖਾ ਦਿਆ ਲੈ ਫੋਨ ਕਰ। ਹਾਂ ਕਰ ਲੈ। ਆਪਣੇ ਮਾਲਕ ਲਾ, ਟੋਪੀ ਲਾ, ਫਿਰ ਲਾ ਇਹਨੂੰ। ਕਿਹੜਾ ਮਾਲਕ ਆ ਤੇਰਾ? ਲਾਇਸੈਂਸ ਕਿਉਂ ਨੀ ਟਾਂਗ ਰੱਖਾ ਜਹਾਂ? ਲਾਇਸੈਂਸ ਫੂਡ ਕਾ ਕਾਮ ਯਹਾਂ ਹੈ, ਲਾਇਸੈਂਸ ਕਾ ਰੱਖਾ ਲੋਕਰ ਮੇਂ ਸਾਫ ਆ ਰੱਖੀ। ਟੋਪੀ ਲਾ ਕੇ ਬਾਲ ਜੇ ਬਾਹ ਕੇ ਖਾਣਾ ਦਿਖਾਓ। ਗਾਲੇ ਕੱਟ ਦੂੰਗੇ ਹੈਂ? ਫੂਡ ਕਾ ਕਾਮ ਕਰਤੇ ਹੋ? ਨਹੀਂ ਨਹੀਂ ਕੋਈ ਨਹੀਂ ਕਰ ਦੂੰਗੇ, ਪਾ ਕੇ ਰੱਖ ਲਓ। ਨਹੀਂ ਪਾ ਕੇ ਹਾਂ ਦੇਖ ਲਓ ਤੁਸੀਂ ਆ ਜਿਹੜੇ ਸਾਰੇ ਸਰਦਾਰ ਸਾਹਿਬ ਆਪ ਸਾਡੇ ਕੋਲ ਫੂਡ ਸੇਫਟੀ ਦਾ ਰਜਿਸਟ੍ਰੇਸ਼ਨ ਅਸੀਂ ਸਾਰਿਆਂ ਦੀਆਂ ਬਣਾਈਆਂ। ਅਸੀਂ ਕਲੀਨ ਫੂਡ ਸਟਰੀਟ ਹੱਬ ਦਾ ਤੁਹਾਨੂੰ ਸਰਟੀਫਿਕੇਟ ਵੀ ਦਵਾਇਆ ਅਤੇ ਮੈਡੀਕਲ ਵੀ ਸਭ ਦੇ ਕਰਾਏ ਸੀਗੇ, ਲਾਇਸੈਂਸ ਰਜਿਸਟ੍ਰੇਸ਼ਨ ਆ, ਸਾਫ਼ ਸਫਾਈ ਦਾ ਵੀ ਟ੍ਰੇਨਿੰਗ ਵੀ ਦਿੱਤੀ ਸੀ। ਔਰ ਉਹਦੇ ਬਾਵਜੂਦ ਵੀ ਅੱਜ ਸਡਨ ਮੈਂ ਸਰਪ੍ਰਾਈਜ਼ ਚੈਕਿੰਗ ਕੀਤੀ ਆ, ਦੇਖਿਆ ਵੀ ਤੁਹਾਡੇ ਕੋਈ ਫੂਡ ਸੇਫਟੀ ਦੇ ਜਿਹੜੇ ਗੀਅਰ ਦਾ ਕੈਪ ਟੋਪੀ ਕੁਛ ਨਹੀਂ ਲਾਇਆ। ਕਈਆਂ ਨੇ ਨੌ ਵੀ ਵਧੇ ਹੋਏ ਆ, ਉਹ ਚੀਜ਼ਾਂ ਅੱਜ ਤੁਹਾਨੂੰ ਵਾਰਨ ਕਰ ਚੱਲੇ ਹਾਂ, ਠੀਕ ਹੈ? ਤੁਸੀਂ ਆਪ ਦੇਖੋਗੇ ਵੀ ਜਿਹੜੇ ਲੋਕ ਤੁਹਾਡੇ ਕੋਲ ਖਾਣ ਆਉਂਦੇ ਆ, ਮੈਨੂੰ ਸਵਾਲ ਦਾ ਜਵਾਬ ਦਿਓ ਵੀ ਉਹਨਾਂ ਨੂੰ ਆਹ ਇੱਦਾਂ ਚੰਗਾ ਲੱਗਦਾ ਕਿ ਬੁਰਾ ਲੱਗਦਾ? ਤੁਹਾਡਾ ਕੰਮ ਅੱਛਾ ਲੱਗੂਗਾ ਕਿ ਬੁਰਾ ਲੱਗੂ? ਚੰਗਾ ਲੱਗੂ ਨਾ, ਜਿਹੜਾ ਖਾਣ ਵਾਲਾ ਉਹ ਕਹੂਗਾ ਵੀ ਯਾਰ ਇਹ ਬੰਦੇ ਕਿੰਨਾ ਖਿਆਲ ਰੱਖਦੇ, ਤੁਹਾਡੇ ਬਾਲ ਡਿੱਗ ਜਾਣੇ ਵਿੱਚ, ਉਹਦੇ ਨੇਲ ਨੂਲ ਕੱਟ ਕੇ ਰੱਖੋ। ਜੇ ਕਿਸੇ ਕਸਟਮਰ ਨੇ ਤੁਹਾਨੂੰ ਕਹਿਤਾ ਵੀ ਨੇਲ ਦਿਖਾ, ਹੁਣ ਅਸੀਂ ਲੋਕੀ ਅਵੇਅਰ ਕਰਦੇ ਆ ਬਹੁਤ। ਫੂਡ ਸੇਫਟੀ ਦਾ ਮਾਮਲਾ ਆ ਤੇ ਲੋਕਾਂ ਨੂੰ ਜਦੋਂ ਤੁਸੀਂ ਆਪ ਵੀ ਤਾਂ ਕਿਤੇ ਬਾਹਰੋਂ ਖਾਂਦੇ ਹੀ ਹੋਣੇ ਆ, ਖਾਂਦੇ ਕਿ ਨਹੀਂ ਕਦੀ ਕਦੀ? ਹਾਂਜੀ ਹਾਂਜੀ, ਉੱਥੋਂ ਮੈਂ ਸਮਝ ਗਿਆ, ਨਲੋਈਆਂ ਚੌਂਕ ਵਾਲਾ, ਨਲੋਈਆਂ ਚੌਂਕ ਤੋਂ ਅੱਜ ਸਵੇਰੇ ਮੈਂ ਤਾਜ਼ੇ ਬਣਵਾ ਕੇ। ਚੱਲ ਫਰੈਸ਼ ਇਹ ਵੀ ਚੀਜ਼ਾਂ ਦਾ ਠੀਕ, ਹਾਈਜੀਨ ਦਾ ਉਹ ਨਹੀਂ ਖਿਆਲ ਰੱਖਦਾ, ਉਹ ਵੀ ਚੀਜ਼ਾਂ ਦੇਖਣੀਆਂ। ਜਿਹੜਾ ਰਾ ਮਟੀਰੀਅਲ ਯੂਜ ਕਰਦੇ ਹੋ ਕਿੱਦਾਂ ਦਾ ਕਰਦੇ ਆ? ਫੂਡ ਸੇਫਟੀ ਦਾ ਲਾਇਸੈਂਸ ਤੁਹਾਡਾ ਸੇਫ ਕੈਪ ਹੈ ਤੇਰੇ ਕੋਲ? ਫੋਲੋ ਫੋਲੋ ਲਾ, ਇਹਨੂੰ ਦੇਖ ਕੇ ਤੇ ਰਮਾਲ ਬਣ ਲਿਆ ਲਾ ਦੋ। ਕਿੰਨੇ ਅਮਾਤ ਕੀ ਚੌਦਾ ਲਾਇਸੈਂਸ ਦੇ ਨਾਲ ਫੂਡ ਸੇਫਟੀ? ਸਰਦਾਰ ਜੀ ਤੁਸੀਂ ਵੀ ਦਿਖਾਓ ਜਿਸ ਵੇਲੇ ਕਿੱਥੇ ਫੂਡ ਸੇਫਟੀ ਦੀ ਲਾਇਸੈਂਸ ਕੋਲ। ਜਿਹੜਾ ਪ੍ਰਾਈਮਰੀ ਚੀਜ਼ ਚਾਹੀਦੀ ਸਭ ਤੋਂ ਪਹਿਲਾਂ ਉਹ ਤੁਹਾਡੇ ਕੋਲ ਹੈ ਨਹੀਂ, ਤੁਸੀਂ ਇੰਨਾ ਚੁੱਕ ਕੇ ਲਿਆ ਉਹਨੇ, ਤੁਹਾਨੂੰ ਉਹ ਨਹੀਂ ਪਤਾ ਵੀ ਉਹ ਵੀ ਹੋਣਾ ਚਾਹੀਦਾ? ਲੈ ਜੀ ਚੱਕ ਕੇ ਸਮਾਨ ਤੁਹਾਡਾ ਸਾਰਾ।
ਤੇਲ ਨੂੰ ਕਿੰਨੇ ਦਿਨ ਹੋਇਆ ਵਰਤ ਲਿਆ? ਇਹ 2 ਦਿਨ ਹੋ ਗਏ ਜੀ। ਕਿੰਨੀ ਵਾਰੀ ਵਰਤ ਲਿਆ ਇਹ? ਬਸ 2। ਕਿੰਨੀ ਵਾਰੀ ਆ ਤੇਲ ਕਿੰਨੀ ਵਾਰੀ ਵਰਤ ਲਿਆ? ਚਪਾਟੀ ਖੁੱਲੀ ਆ ਕਚਹਿਰੀਆਂ ਦੇ ਲਾਗੇ, ਇਹਦੀ ਨਿਰੰਤਰ ਪਹਿਲਾਂ ਵੀ ਚੈਕਿੰਗ ਕਰਦੇ ਰਹੇ, ਇਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਆ। ਅੱਜ ਦੇਖਣ ਆਏ ਸੀ ਵੀ ਕਿੰਨਾ ਕੁ ਇਹ ਫੋਲੋ ਕਰਦੇ, ਇਹਨੂੰ ਇਹ ਕਲੀਨ ਸਟਰੀਟ ਫੂਡ ਹੱਬ ਜਿਹੜੀ ਚੁਣੀ ਹੋਈ ਹੈ ਔਰ ਫੂਡ ਸੇਫਟੀ ਸਟੈਂਡਰਡ ਅਥਾਰਿਟੀ ਤੋਂ ਜੋ ਜੋ ਉਹਨਾਂ ਦੀਆਂ ਡਾਇਰੈਕਸ਼ਨ ਸੀ ਉਸ ਪੈਰਾਮੀਟਰ 'ਤੇ ਇਹਨੂੰ ਖਰਾ ਉਤਾਰਿਆ ਸੀਗਾ। ਪਰ ਅੱਜ ਦੇਖਦੇ ਹਾਂ ਵੀ ਲੋਕ ਢਿੱਲੇ ਪੈ ਜਾਂਦੇ ਆ। ਇਹਨਾਂ ਨੂੰ ਫੋਲੋ ਕਰਦੇ ਰਹੋ, ਵਾਰ ਵਾਰ ਆਉਂਦੇ ਰਹੋ, ਚੈਕਿੰਗ ਕਰਦੇ ਰਹੋ ਤਾਂ ਇਹ ਸੈੱਟ ਰਹਿੰਦੇ, ਨਹੀਂ ਤਾਂ ਇਹ ਹਰ ਚੀਜ਼ ਨੂੰ ਹਲਕੇ ਤੌਰ 'ਤੇ ਲੈਂਦੇ ਆ। ਅੱਜ ਬਕਾਇਦਗੀ ਨਾਲ ਇਹਨਾਂ ਨੂੰ ਚੈੱਕ ਕੀਤਾ ਔਰ ਕੈਪਸ ਆਪਣੇ ਕੋਲੋਂ ਸਾਰਾ ਲੈ ਕੇ ਆਏ ਸੀ, ਕੈਪਸ ਮਾਸਕ ਵਗੈਰਾ ਇਹਨਾਂ ਨੂੰ ਵੰਡੇ ਆ, ਆਪ ਇਹਨਾਂ ਦੇ ਪਵਾਏ ਆ। ਸੋ ਮੁੱਖ ਔਰ ਲੋਕਾਂ ਨੂੰ ਵੀ ਜਿਹੜੇ ਕਸਟਮਰ ਉਹਨਾਂ ਨੂੰ ਅਵੇਅਰ ਕੀਤਾ ਵੀ ਯਾਰ ਫੂਡ ਸੇਫਟੀ ਵਾਲੇ ਇਕੱਲੇ ਨਹੀਂ ਇਹ ਚੀਜ਼ਾਂ ਕਰ ਸਕਦੇ, ਅਸੀਂ ਆ ਗਏ ਚੈਕਿੰਗ ਕਰਨ, ਤੁਸੀਂ ਤਾਂ ਰੋਜ਼ ਖਾਂਦੇ ਹੋ, ਤੁਸੀਂ ਇਹਨਾਂ ਨੂੰ ਕਹੋ ਕੈਪਸ ਪਾ ਕੇ ਰੱਖੋ। ਜਦੋਂ ਇਹਨਾਂ ਨੂੰ ਕਹੋਗੇ ਕਿਉਂ ਨਹੀਂ ਪਾਈ ਕੈਪਸ, ਇਹਨਾਂ ਨੂੰ ਲੋਕ ਕਹਿਣ, ਲੋਕ ਪੁਆਇੰਟ ਆਊਟ ਕਰਨਗੇ, ਫਿਰ ਕੰਮ ਸੂਤ ਆਉਣਾ, ਫਿਰ ਫੂਡ ਸੇਫਟੀ ਦੇ ਜਿਹੜੇ ਸਾਰੇ ਪੈਰਾਮੀਟਰ ਉਹ ਦੇਖਿਓ ਇਨ ਵਿਨ ਲਾਗੂ ਹੋ ਜਾਣਾ। ਇਹੀ ਸਾਡਾ ਪੰਜਾਬ ਰੰਗਲਾ ਪੰਜਾਬ ਬਣ ਜਾਣਾ, ਇਹੀ ਫੋਰਨ ਦੀਆਂ ਗੱਲਾਂ ਕਰਦੇ, ਇਹੀ ਵਿਦੇਸ਼ਾਂ ਤੋਂ ਉੱਪਰ ਬਣ ਜਾਣਾ। ਸਾਡਾ ਦੇਸ਼ ਸਾਡਾ ਪੰਜਾਬ ਕਿਸੇ ਕੋਲੋਂ ਘੱਟ ਨਹੀਂ ਹੈਗਾ, ਪਰ ਅਸੀਂ ਚੀਜ਼ਾਂ ਨੂੰ ਲਾਈਟਲੀ ਲੈਂਦੇ ਹਾਂ। ਨਿਯਮ ਐਕਟ ਕਾਨੂੰਨ ਸਭ ਕੁਛ ਇੱਥੇ ਹੈਗਾ, ਲੋਕ ਬੋਲੇ ਹਲਕੇ ਦਾ ਪੀਪਲ ਦੇ ਟੇਕ ਐਵਰੀਥਿੰਗ ਲਾਈਟਲੀ, ਹਲਕੇ ਤੌਰ 'ਤੇ ਨਹੀਂ ਲੈਣਾ। ਜਦੋਂ ਇਹ ਸੀਰੀਅਸਲੀ ਲੈਣਗੇ ਔਰ ਮੋਰਓਵਰ ਮੈਂ ਇਹਨਾਂ ਨੂੰ ਸਮਝਾਉਣਾ ਵੀ ਲੋਕਾਂ ਨੂੰ ਅੱਛਾ ਲੱਗੇਗਾ, ਤੁਹਾਡਾ ਬਿਜ਼ਨਸ ਪ੍ਰਮੋਟ ਹੋਏਗਾ, ਲੋਕ ਤੁਹਾਡੇ ਬਾਰੇ ਅੱਛੇ ਰਿਮਾਰਕਸ ਦੇਣਗੇ, ਨਹੀਂ ਤਾਂ ਲੋਕ ਕਹਿਣਗੇ ਯਾਰ ਔਰ ਇਹਨਾਂ ਦੇ ਕੰਮ ਕਰਕੇ ਸਾਡੇ ਕੰਟਰੀ ਨੂੰ ਸਾਡੇ ਸਟੇਟ ਨੂੰ ਵੀ ਗੱਲਾਂ ਸੁਣਨੀਆਂ ਪੈਂਦੀਆਂ। ਮੈਂ ਇਹ ਚੀਜ਼ਾਂ ਇਨਸ਼ੋਰ ਕਰਕੇ ਹਟੂੰਗਾ, ਇਹ ਢੀਠ ਆ ਤਾਂ ਮੈਂ ਵੀ ਢੀਠ ਹਾਂ। ਫਿਰ ਸਰ ਇੱਕ ਗੱਲ ਹੋਰ ਦੱਸਿਓ ਵੀ ਜੇ ਜਿਹੜੇ ਨਹੀਂ ਇਨਸ਼ੋਰਡ ਕਰਦੇ ਜਾਂ ਲਾਇਸੈਂਸ ਨਹੀਂ ਬਾਹਰ ਲਾਉਂਦੇ ਫਿਰ ਆਪਾਂ ਕੀ ਕਾਰਵਾਈ ਪਾਣੀ ਅਗਲੀਆਂ ਤੇ? ਦੇਖੋ ਹਰ ਬੰਦੇ ਨੂੰ ਪਹਿਲਾਂ ਹੁੰਦਾ ਅਵੇਅਰ ਕਰ ਦਈਏ। ਅੱਜ ਸਾਡੀ ਅਪਰੋਚ ਸੀ ਬਾਇਲੈਟਰਲੀ ਅਵੇਅਰ ਕਰੀਏ, ਇਹਨਾਂ ਨੂੰ ਵੀ ਅਵੇਅਰ ਕਰ ਦਈਏ, ਕਸਟਮਰ ਨੂੰ ਜਿਹੜਾ ਖਾਂਦੇ ਇਹਨਾਂ ਦੀ ਰੇਹੜੀਆਂ 'ਤੇ ਆ ਕੇ ਉਹ ਵੀ ਅਵੇਅਰ ਹੋ ਜਾਣ, ਉਹ ਇਹਨਾਂ ਨੂੰ ਪੁਆਇੰਟ ਆਊਟ ਕਰਨ। ਇਹ ਤੋਂ ਅਗਲਾ ਸਟੈਪ ਤਾਂ ਫਿਰ ਐਨਫੋਰਸਮੈਂਟ ਦਾ ਆ, ਜਿਹੜਾ ਅਸੀਂ ਸਾਡੇ ਕੋਲ ਰਾਈਟ ਹੈ ਔਰ ਉਹ ਪਾਵਰ ਇਸਤੇਮਾਲ ਕਰਦੇ ਇਹਨਾਂ ਦੀਆਂ ਹਰ ਚੀਜ਼ ਦੀ ਸੈਂਪਲਿੰਗ ਕਰਾਂਗੇ। ਕੋਈ ਸਿਫਾਰਿਸ਼ ਕੋਈ ਕਿਸੇ ਤਰ੍ਹਾਂ ਦਾ ਓਬਲੀਗੇਸ਼ਨ ਨਹੀਂ ਹੋਣੀ। ਫਿਰ ਅਸੀਂ ਜਿਹੜਾ ਜਿੱਥੋਂ ਤਾਈਂ ਅਨ ਸਫਾਈ ਜਿਹਨਾਂ ਦੀ ਨਹੀਂ ਹੈਗੀ, ਅੱਜ ਕਹਿ ਚੱਲੇ ਹਾਂ ਹਾਈਜੀਨ ਦਾ ਖਿਆਲ ਨਹੀਂ ਇਹਨਾਂ ਨੇ ਲੋਕਾਂ ਨੇ ਜਿੱਥੇ ਜਿੱਥੇ ਰੱਖਿਆ, ਨੇਲ ਨਹੀਂ ਕੱਟੇ ਹੋਏ, ਜਿਹੜਾ ਜਿਹੜਾ ਵੀ ਅਸੀਂ ਇਹਨਾਂ ਨੂੰ ਅਕਲ ਦੇ ਚੱਲੇ ਆ, ਨਹੀਂ ਫੋਲੋ ਕਰਨਗੇ ਤਾਂ ਇਹਨਾਂ ਨੂੰ ਅਨਹਾਈਜੀਨ ਦਾ ਚਲਾਨ ਕੱਟ ਕੇ ਜਾਵਾਂਗੇ। ਉਹ ਇਮੀਡੀਏਟਲੀ ਸਾਡੇ ਵੱਲੋਂ ਸੈਂਕਸ਼ਨ ਜਾਰੀ ਹੋ ਜਾਣੀ ਆ, ਤਾਂ ADC ਸਾਹਿਬ ਦੇ ਕੋਰਟ ਕੰਪਲੇਂਟ ਕੇਸ ਲੱਗ ਜਾਣਾ, ਫਿਰ ਉੱਥੇ ਭੁਗਤਣ ਕੇਸ, ਉਹ ਫਿਰ ਪੱਟੇ 'ਤੇ ਚੜ੍ਹ ਜਾਣਾ ਇਹਨਾਂ ਨੇ।